ਗੁਰਦਾਸਪੁਰ ਸ਼ਹਿਰ ਵਿੱਚ ਡੇਂਗੂ ਬੁਖਾਰ ਦਾ ਕਹਿਰ ਹੁਣ 320 ਮਰੀਜ਼ ਆਏ ਸਾਹਮਣੇ। ਸਿਹਤ ਵਿਭਾਗ ਵੱਲੋਂ ਡੇਂਗੂ ਬੁਖਾਰ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧਾਂ ਦੀ ਗੱਲ ਕਹੀ ਜਾ ਰਹੀ ਹੈ, ਪਰ ਗੁਰਦਾਸਪੁਰ ਵਿੱਚ ਡੇਂਗੂ ਬੁਖਾਰ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਡੇਂਗੂ ਬੁਖਾਰ ਦੇ 320 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਡੇਂਗੂ ਬੁਖਾਰ ਨਾਲ ਪੀੜਿਤ ਕੁੱਲ 640 ਮਰੀਜ਼ਾਂ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਦੀ 320 ਮਰੀਜ਼ਾਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਬੁਖਾਰ ਨਾਲ ਪੀੜਿਤ ਮਰੀਜ਼ਾਂ ਲਈ ਵੱਖਰੇ ਵਾਰਡ ਬਣਾਏ ਗਏ ਹਨ, ਜਿੱਥੇ ਉਹਨਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਮਨਜਿੰਦਰ ਸਿੰਘ ਬੱਬਰ ਦਾ ਕਹਿਣਾ ਹੈ ਕਿ ਹੁਣ ਤੱਕ ਸਿਹਤ ਵਿਭਾਗ ਵੱਲੋਂ ਡੇਂਗੂ ਬੁਖਾਰ ਦੇ 640 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 320 ਟੈਸਟ ਪੋਜ਼ਿਟਿਵ ਪਾਏ ਗਏ ਹਨ। ਇਹਨਾਂ ਮਰੀਜ਼ਾਂ ਦਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਅਤੇ ਹੋਰਨਾਂ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਮਰੀਜ਼ਾਂ ਲਈ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਵਾਰਡ ਬਣਾਏ ਗਏ ਹਨ, ਜਿੱਥੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਮੱਛਰ ਤੋਂ ਬਚਣ ਲਈ ਘਰਾਂ, ਗਮਲਿਆਂ, ਟਾਇਰਾਂ ਅਤੇ ਕੂਲਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਬਰਸਾਤੀ ਮੌਸਮ ਵਿੱਚ ਪੂਰੀ ਇਤਿਹਾਤ ਵਰਤੀ ਜਾਵੇ ਤਾਂ ਜੋ ਡੇਂਗੂ ਬੁਖਾਰ ਤੋਂ ਬਚਿਆ ਜਾ ਸਕੇ। ਮੈਨੂੰ ਪਹਿਲੇ ਬੁਖਾਰ ਆਉਂਦੇ ਸੀਗੇ ਭਾਅ ਜੀ, ਬੁਖਾਰ ਆਉਣ ਦੇ ਕਰਕੇ ਫਿਰ ਮੈਨੂੰ ਡਾਕਟਰ ਸਾਹਿਬ ਕਹਿੰਦੇ ਵੀ ਚੈੱਕ ਕਰਾ, ਮੈਂ ਚੈੱਕ ਕਰਾਇਆ ਅਤੇ ਮੈਨੂੰ ਡੇਂਗੂ ਨਿਕਲਿਆ। ਇੱਥੇ ਪ੍ਰਬੰਧ ਠੀਕ ਹੀ ਨੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਦਵਾਈ ਟਾਈਮ ਸਿਰ ਮਿਲਦੀ ਹੈ, ਟਾਈਮ ਸਿਰ ਮਤਲਬ ਜੋ ਵੀ ਇਹਨਾਂ ਨੇ ਕਰਨਾ ਹੁੰਦਾ ਉਹ ਕਰਦੇ ਆ। ਹਾਂਜੀ, ਮੱਛਰਾਂ ਕਰਕੇ ਹੀ ਹੈ ਜੀ, ਜ਼ਿਆਦਾ ਮੱਛਰ ਨਾਲ ਹੀ ਡੇਂਗੂ ਫੈਲਦਾ। ਚਾਹੀਦਾ ਵੀ ਦਵਾਈਆਂ ਛਿੜਕਣੀਆਂ ਚਾਹੀਦੀਆਂ, ਹਰ ਪਿੰਡ 'ਚ ਜਾ ਕੇ ਦਵਾਈਆਂ ਛਿੜਕਣ, ਜਿਹਦੇ ਨਾਲ ਡੇਂਗੂ ਦਾ ਜਿਹੜਾ ਬਚਾਅ ਹੋ ਜਾਵੇ। ਦਿਨੋਂ ਦਿਨ ਗਿਣਤੀ ਬਦਲਦੀ ਵੱਧਦੀ ਪਈ। ਮੈਨੂੰ 4 ਦਿਨ ਹੋ ਗਿਆ ਇੱਥੇ ਦਾਖਲ ਨੂੰ, ਅੱਗੇ ਨਾਲ ਮੈਨੂੰ ਫਰਕ ਆ। ਸਾਡੇ ਕੋਲ ਤਕਰੀਬਨ 624 ਪੇਸ਼ੈਂਟ ਅੱਜ ਤੱਕ ਟੈਸਟ ਹੋਏ ਨੇ, ਜਿਨ੍ਹਾਂ 'ਚੋਂ 320 ਪੇਸ਼ੈਂਟ ਪੋਜ਼ਿਟਿਵ ਆਏ। ਇਹ ਮੱਛਰ ਨਾਲ ਫੈਲਣ ਵਾਲੀ ਬਿਮਾਰੀ ਹੈ, ਤਾਜ਼ੇ ਪਾਣੀ ਦੇ ਉੱਪਰ ਇਹ ਮੱਛਰ ਜਿਹੜਾ ਬਰੀਡ ਕਰਦਾ ਹੈ, ਉਹਦੇ ਉੱਤੇ ਪਨਪਦਾ ਹੈ। ਮੱਛਰ ਦੀ ਗਿਣਤੀ ਇਸ ਵਾਰੀ ਥੋੜ੍ਹੇ ਟਾਈਮ ਜ਼ਿਆਦਾ ਹੋਣ ਕਰਕੇ ਇਸ ਹੁਣ ਤੱਕ ਲਿੰਗਰ ਔਨ ਕਰਦਾ ਪਿਆ। ਜਦੋਂ ਠੰਡ ਸ਼ੁਰੂ ਹੋ ਜਾਏਗੀ ਮੋਸਟ ਪ੍ਰੋਬਲੀ ਖਤਮ ਹੋ ਜਾਏਗਾ। ਇਹ ਮੱਛਰ ਕਰਕੇ ਬਰਸਾਤਾਂ ਲੇਟ ਹੋਈਆਂ, ਮੱਛਰ ਦੀ ਗਿਣਤੀ ਹਜੇ ਹੈਗੀ ਹੈ, ਇਸ ਕਰਕੇ ਜਿਹੜਾ ਡੇਂਗੂ ਹੈ ਉਹ ਫੈਲਦਾ। ਹੋਸਪਿਟਲ 'ਚ ਅਸੀਂ ਆਈਸੋਲੇਸ਼ਨ ਵਾਰਡ ਬਣਾਈ ਹੋਈ ਹੈ, ਡੇਂਗੂ ਵਾਲੇ ਗ੍ਰਸਤ ਪੇਸ਼ੈਂਟਸ ਨੂੰ ਵੱਖਰਾ ਆਈਸੋਲੇਸ਼ਨ ਰੂਮ ਬਣਾਇਆ ਹੋਇਆ ਹੈ, ਜਿਹ 'ਚ ਮੱਛਰਦਾਨੀਆਂ ਲੱਗੀਆਂ ਹੋਈਆਂ, ਉਹਨਾਂ ਨੂੰ ਅਸੀਂ ਉੱਥੇ ਰੱਖਦੇ ਹਾਂ। ਬਿਲਕੁਲ ਸੈਪਰੇਟ ਰਹਿੰਦੇ ਕਿ ਇਸ ਤੋਂ ਮੱਛਰ ਜਿਹੜਾ ਇਹਨਾਂ ਨੂੰ ਕੱਟ ਕੇ ਹੋਰ ਕਿਸੇ ਪੇਸ਼ੈਂਟ ਨੂੰ ਨਾ ਕੱਟੇ। ਸਮੇਂ ਸਮੇਂ 'ਤੇ ਨਗਰ ਨਿਗਮ ਵੱਲੋਂ ਫੋਗਿੰਗ ਵਗੈਰਾ ਕੀਤੀ ਜਾ ਰਹੀ ਹੈ, ਅਤੇ ਬਕਾਇਦਾ ਸਪਰੇਆਂ ਸਾਰੀਆਂ, ਜਿੱਥੇ ਵੀ ਡੇਂਗੂ ਪੇਸ਼ੈਂਟ ਪੋਜ਼ਿਟਿਵ ਪਾਇਆ ਜਾਂਦਾ ਉਹਨ ਘਰ ਦੇ ਨਾਲ ਨਾਲ 10 ਘਰ ਜਿਹੜੇ ਨੇ ਉੱਥੇ ਸਰਕਾਰ ਵੱਲੋਂ ਸਪਰੇ ਕਰਵਾਈ ਜਾ ਰਹੀ। ਇਸ ਬਾਰੇ ਅੱਜ ਵੀ ਅਸੀਂ ਇੱਕ ਜਿਹੜਾ ਡਰਾਈ ਡੇ ਵਾਸਤੇ ਰੈਲੀ ਕੱਢੀ ਗਈ ਹੈ ਅੱਜ ਵੀ, ਅਤੇ ਸਮੇਂ ਸਮੇਂ 'ਤੇ ਲੋਕਾਂ ਨੂੰ ਅਸੀਂ ਪੂਰਾ ਇਸ ਪ੍ਰਤੀ ਜਾਗਰੂਕ ਕਰਾਉਂਦੇ ਪਏ ਹਾਂ ਕਿ ਮੱਛਰ ਤੋਂ ਬਚਿਆ ਜਾਏ, ਜਿਹਦੇ ਨਾਲ ਡੇਂਗੂ ਨਾ ਫੈਲੇ, ਅਤੇ ਡੇਂਗੂ ਦੇ ਲੱਛਣ ਕੀ ਹਨ, ਇਹਦੀ ਰੋਕਥਾਮ ਕੀ ਹੈ। ਲੋਕਾਂ ਨੂੰ ਇਹ ਸੁਝਾਇਆ ਕਿ ਜਿਹੜਾ ਪਾਣੀ ਹੈ, ਤਾਜ਼ਾ ਪਾਣੀ ਜਿੱਥੇ ਮੱਛਰ ਪਣਪਦਾ ਹੈ ਉਹ ਨਾ ਇਕੱਠਾ ਹੋਣ ਦਿੱਤਾ ਜਾਏ, ਕਿਤੇ ਵੀ ਇਕੱਠਾ ਹੈ ਤਾਂ ਉਹਨੂੰ ਡਿਸਕਾਰਡ ਕੀਤਾ ਜਾਏ ਅਤੇ ਆਪਣੇ ਆਪ ਨੂੰ ਮੱਛਰ ਤੋਂ ਬਚਾਇਆ ਜਾਏ। ਇਹ ਸਵੇਰ ਦੇ ਟਾਈਮ ਜ਼ਿਆਦਾ ਮੱਛਰ ਜਿਹੜਾ ਹੈ ਇਹ ਕੱਟਦਾ ਹੈ, ਅਤੇ ਸਾਨੂੰ ਚਾਹੀਦਾ ਕਿ ਜਿੱਦਾਂ ਸੈਰ ਕਰਨ ਜਾਂਦੇ ਹਾਂ ਪੂਰੀਆਂ ਬਾਹਾਂ ਦੀਆਂ ਸ਼ਰਟਸ ਪੂਰੇ ਪਜਾਮੇ ਕਵਰ ਕਰਕੇ ਆਪਣੇ ਆਪ ਨੂੰ ਰੱਖਿਆ ਜਾਏ ਤਾਂ ਜੋ ਮੱਛਰ ਦੇ ਕੱਟਣ ਤੋਂ ਬਚਾਅ ਕੀਤਾ ਜਾਏ।